ਜੇਕਰ ਤੁਸੀਂ ਵੀ ਬਿਨਾਂ ਕਾਗਜ਼ਾਂ ਤੋਂ ਮੋਟਰਸਾਈਕਲ ਲੈ ਕੇ ਘੁੰਮ ਰਹੇ ਹੋ ਤਾਂ ਤੁਹਾਡੀ ਵੀ ਬਾਈਕ ਜ਼ਬਤ ਹੋ ਸਕਦੀ ਹੈ ਅਤੇ ਮੋਟਾ ਚਲਾਨ ਵੀ ਹੋ ਸਕਦਾ ਹੈ, ਕਿਉਂਕਿ ਹੁਣ ਟ੍ਰੈਫਿਕ ਪੁਲਿਸ ਦੇ ਵੱਲੋਂ ਸ਼ਹਿਰ ਦੀ ਘੇਰਾਬੰਦੀ ਕਰਕੇ ਉਹਨਾਂ ਮੋਟਰਸਾਈਕਲ ਚਾਲਕਾਂ ਨੂੰ ਰੋਕਿਆ ਗਿਆ ਜਿਨ੍ਹਾਂ ਦੇ ਕਾਗਜ਼ਾਤ ਪੂਰੇ ਨਹੀਂ ਸਨ। ਉਹਨਾਂ ਦੀਆਂ ਮੋਟਰਸਾਈਕਲਾਂ ਜ਼ਬਤ ਕਰ ਲਿਆ ਗਈਆਂ ਤੇ ਨਾਲ ਹੀ ਮੋਟਾ ਚਲਾਨ ਵੀ ਕੱਟਿਆ ਗਿਆ ਹੈ। ਤਸਵੀਰਾਂ ਮੋਗਾ ਸ਼ਹਿਰ ਦੀਆਂ ਨੇ ਜਿੱਥੇ ਟ੍ਰੈਫਿਕ ਪੁਲਿਸ ਦੇ ਵੱਲੋਂ ਸ਼ਹਿਰ ਦੀ ਘੇਰਾਬੰਦੀ ਕੀਤੀ ਗਈ ਅਤੇ ਬਿਨਾਂ ਕਾਗਜ਼ਾਂ ਤੋਂ ਮੋਟਰਸਾਈਕਲ ਚਲਾਉਣ ਵਾਲਿਆਂ ਨੂੰ ਰੋਕਿਆ ਗਿਆ। ਉਹਨਾਂ ਦੇ ਕਾਗਜ਼ਾਤ ਚੈੱਕ ਕੀਤੇ ਗਏ, ਜਿਨ੍ਹਾਂ ਦੇ ਕਾਗਜ਼ਾਤ ਪੂਰੇ ਨਹੀਂ ਸਨ ਉਹਨਾਂ ਦੀਆਂ ਮੋਟਰਸਾਈਕਲ ਜ਼ਬਤ ਕਰਕੇ ਉਹਨਾਂ ਦਾ ਮੋਟਾ ਚਲਾਨ ਕੱਟਿਆ ਹੈ। SSP ਸਾਹਿਬ ਦੇ ਹੁਕਮਾਂ ਮੁਤਾਬਕ ਜੀ ਅਸੀਂ ਟ੍ਰੈਫਿਕ ਦੀ ਚੈਕਿੰਗ ਕਰਦੇ ਹਾਂ। DSP ਸਾਹਿਬ ਦੇ ਹੁਕਮ 'ਤੇ ਜਿਹੜਾ ਅਸੀਂ ਵਹੀਕਲਾਂ ਨੂੰ ਰੋਕ ਕੇ ਇਹਨਾਂ ਦੇ ਕਾਗਜ਼ ਵਗੈਰਾ ਚੈੱਕ ਕਰਦੇ ਹਾਂ ਜੀ। ਜਿਨ੍ਹਾਂ ਦੇ ਕਾਗਜ਼ ਨਹੀਂ ਹੁੰਦੇ ਉਹਨਾਂ ਨੂੰ ਸਰ ਰੋਕ ਕੇ ਬੰਦ ਕੀਤਾ ਜਾਂਦਾ ਜੀ। ਜੇ ਉਹ ਕਾਗਜ਼ ਵਗੈਰਾ ਵਿਖਾ ਦਿੰਦੇ ਆ ਥੋੜ੍ਹੇ ਟਾਈਮ 'ਚ ਤੁਹਾਨੂੰ ਰਿਲੀਜ਼ ਕਰਕੇ ਉਹਨਾਂ ਦਾ ਚਲਾਨ ਕੀਤਾ ਜਾਂਦਾ ਵਰਨਾ ਮੋਨ। ਬਾਕੀ ਸਾਡੇ ਸਾਰੇ ਜਿੰਨੇ ਮੌਕੇ ਦੇ ਵਿੱਚ ਅਸੀਂ ਨਾਕਾਬੰਦੀ ਡੇਲੀ ਕਰਦੇ ਹਾਂ ਜੀ, ਡੇਲੀ ਮੋਟਰਸਾਈਕਲ ਚੈੱਕ ਕਰਦੇ ਹਾਂ, ਖਾਸ ਕਰਕੇ ਜਿਹੜੇ ਬੁਲਟ ਹੈ ਜੀ ਪਟਾਕੇ ਮਾਰਦੇ ਆ ਉਹਨਾਂ ਨੂੰ ਬੰਦ ਕਰਦੇ ਹਾਂ ਜੀ, ਰੋਕ ਕੇ ਉਹਨਾਂ ਨੂੰ ਹੁਕਮ ਦਿੰਦੇ ਹਾਂ ਜੀ ਇਹ ਕੰਮ ਨਾ ਕਰੋ। ਇਹਦੇ ਨਾਲ ਕਿਸੇ ਦੀ ਵੀ ਜਾਨ ਜਾ ਸਕਦੀ ਆ, ਤੁਹਾਡਾ ਵੀ ਨੁਕਸਾਨ ਹੁੰਦਾ, ਪਬਲਿਕ ਦਾ ਵੀ। ਬਾਕੀ ਅਸੀਂ ਜਿੱਥੇ ਵੀ ਖੜਦੇ ਹਾਂ ਜੀ ਆਪਦਾ ਟ੍ਰੈਫਿਕ ਨੂੰ ਵੀ ਵਧੀਆ ਨਿਰਵਿਘਨ ਚਲਾਉਂਦੇ ਹਾਂ ਜੀ, ਸਾਰਾ ਕੁਛ ਅਸੀਂ ਵਧੀਆ ਕਰ ਰਹੇ ਹਾਂ। ਕਿੰਨੇ ਮੋਟਰਸਾਈਕਲ ਜਿਹੜੇ ਬਿਨਾਂ ਕਾਗਜ਼ ਤੋਂ ਬਰਾਮਦ? ਅੱਜ ਸਰ ਅਸੀਂ 5 ਮੋਟਰਸਾਈਕਲ ਚੈੱਕ ਕੀਤੇ ਸੀਗੇ ਜੀ, ਇਸ ਟਾਈਮ 4 ਬੰਦ ਆ ਜੀ, 1 ਮੋਟਰਸਾਈਕਲ ਦੇ ਕਾਗਜ਼ਾਤ ਪੂਰੇ ਸੀਗੇ। ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਤੁਹਾਡੇ ਵੱਲੋਂ? ਸਰ ਸਾਡੇ ਵੱਲੋਂ ਜੇ ਕੋਈ ਕਾਗਜ਼ ਨਹੀਂ ਰੱਖਦਾ ਜੀ ਅਸੀਂ ਉਹਨਾਂ ਨੂੰ ਸਖ਼ਤ ਆਰਡਰ ਦਿੰਦੇ ਹਾਂ ਜਾਂ ਕਾਗਜ਼ ਰੱਖਣ ਜਾਂ ਉਹਨਾਂ ਨੂੰ ਬੰਦ ਕੀਤਾ ਜਾਊਗਾ ਜੀ। ਜੋ ਵੀ ਮੋਟਰਸਾਈਕਲ ਵਗੈਰਾ ਪਟਾਕੇ ਮਾਰਦੇ ਆ ਜੀ ਉਹਨਾਂ ਨੂੰ ਸਾਡੀ ਰਿਕੁਐਸਟ ਆ ਲਈ ਜਿਹੜੇ ਸਲੰਸਰ ਆ ਇਹਨਾਂ ਨੂੰ ਬਦਲ ਕੇ ਸਹੀ ਲਾਈ ਜਾਣ।